ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ। ਦੋਸਤੋ, ਪਿਛਲੇ ਕੁਝ ਸਾਲਾਂ ਦੀ ਲਗਾਤਾਰ ਕਾਮਯਾਬੀ ਤੋਂ ਬਾਅਦ ਦੇ ਵਿੱਚ ਇਸ ਸਾਲ ਵੀ ਆਪਾਂ ਝੋਨੇ ਦੀ ਸਿੱਧੀ ਬਿਜਾਈ ਆਪਣੇ ਖੇਤ ਦੇ ਵਿੱਚ ਕਰ ਰਹੇ ਹਾਂ। ਇਸ ਬਾਬਤ ਮੈਂ ਵੀਡੀਓ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਲੇਬਰ ਦੀ ਬੱਚਤ ਹੁੰਦੀ ਹੈ ਸਭ ਤੋਂ ਪਹਿਲਾਂ। ਨੰਬਰ ਦੋ 'ਤੇ ਜਿਹੜਾ ਹੈਗਾ, ਸਾਡੇ ਕੋਲ ਪਾਣੀ ਦੇ ਸੋਮੇ ਹੈਗੇ ਆ, ਉਹਨਾਂ ਦੀ ਬੱਚਤ ਬਹੁਤ ਜ਼ਿਆਦਾ ਹੁੰਦੀ ਹੈ। ਨੰਬਰ 3 'ਤੇ ਜ਼ਮੀਨ ਦੀ ਭੌਤਿਕ ਹਾਲਤ ਜਿਹੜੀ ਹੈਗੀ ਹੈ ਸੁਧਰਦੀ ਹੈ, ਜ਼ਮੀਨ ਦੇ ਵਿੱਚ ਹਾਰਡ ਪੈਣ ਨਹੀਂ ਬਣਦੀ ਅਤੇ ਕਣਕ ਵੀ ਇਸ ਖੇਤ ਦੇ ਵਿੱਚ ਚੰਗੀ ਹੁੰਦੀ ਹੈ। ਇਹ ਹੈਪੀ ਸੀਡਰ ਨਾਲ ਬੀਜਿਆ ਹੋਇਆ ਖੇਤ ਹੈ, ਕਣਕ ਦੇ ਨਾੜ ਨੂੰ ਵੀ ਅੱਗ ਨਹੀਂ ਲੱਗੀ, ਉਸ ਖੇਤ ਦੇ ਵਿੱਚ ਆਪਾਂ ਬਿਜਾਈ ਕਰ ਰਹੇ ਹਾਂ। ਦੋਸਤੋ, ਸਭ ਤੋਂ ਪਹਿਲਾਂ ਝੋਨੇ ਦੇ ਬੀਜ ਨੂੰ 8 ਤੋਂ 10 ਘੰਟੇ ਦਵਾਈਆਂ ਮਿਲੇ ਹੋਏ ਪਾਣੀ ਦੇ ਵਿੱਚ ਭਿਉਂ ਦਿੱਤਾ ਗਿਆ। ਉਸ ਤੋਂ ਬਾਅਦ ਦੇ ਵਿੱਚ 2 ਘੰਟੇ ਛਾਵੇਂ ਸੁਕਾਉਣ ਤੋਂ ਬਾਅਦ ਦੇ ਵਿੱਚ ਇਹ ਜੋ ਆਪਣਾ ਤਰ ਵੱਤਰ ਖੇਤ ਹੈ, ਤਿਆਰ ਖੇਤ ਹੈ, ਇਸ ਖੇਤ ਦੇ ਵਿੱਚ ਚੰਗੀ ਵੱਤ ਗਿੱਲੀ ਵੱਤ ਹੈਗੀ ਹੈ, ਇਸ ਦੇ ਵਿੱਚ ਇਸਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ ਤੁਹਾਡੇ ਸਾਹਮਣੇ। ਬੀਜ ਦੀ ਗਹਿਰਾਈ ਜਿਹੜਾ ਹੈਗਾ 1.5 ਤੋਂ 1.5 ਇੰਚ ਦੇ ਵਿਚਾਲੇ ਰੱਖੀ ਗਈ ਹੈ। ਇਹ ਜਿਹੜੀ ਵਰਾਇਟੀ ਬੀਜੀ ਜਾ ਰਹੀ ਹੈ ਇਹ PR 122 ਹੈ। ਕੁਝ ਏਰੀਏ ਦੇ ਵਿੱਚ PR 121 ਬੀਜਾਂਗਾ, ਥੋੜ੍ਹੇ ਜਿਹੇ ਏਰੀਏ ਦੇ ਵਿੱਚ PR 126 ਬੀਜਾਂਗਾ। ਇਹ ਜਿਸ ਤਰ੍ਹਾਂ ਤੁਸੀਂ ਗਹਿਰਾਈ ਦੇਖ ਰਹੇ ਹੋ, ਲਗਭਗ 1.5 ਇੰਚ ਦੀ ਗਹਿਰਾਈ ਦੇ ਉੱਪਰ ਬੀਜ ਜਾ ਰਿਹਾ। ਦੇਖੋ, ਖੇਤ ਪੂਰਾ ਗਿੱਲਾ ਹੈ। ਅਤੇ ਇਸ ਤੋਂ ਬਾਅਦ ਦੇ ਵਿੱਚ ਇਸ ਖੇਤ ਦੇ ਵਿੱਚ ਵੱਟਾਂ ਪਾ ਦਿਆਂਗੇ। ਜਿਵੇਂ ਤੁਸੀਂ ਵੀਡੀਓ ਦਾ ਅਗਲਾ ਪਾਰਟ ਦੇਖੋਗੇ ਲਗਭਗ 3 ਮਿੰਟ ਤੋਂ ਬਾਅਦ ਦੇ ਵਿੱਚ, ਤਾਂ ਦੇਖੋਗੇ ਕਿ ਆਪਾਂ ਇਸ ਸੇਮ ਖੇਤ ਦੇ ਵਿੱਚ ਸ਼ਾਮ ਦੇ ਟਾਈਮ 'ਤੇ ਪੈਂਡੀ ਮੈਥਾਲੀਨ 1 ਲੀਟਰ ਪਲੱਸ 200 ਲੀਟਰ ਪਾਣੀ ਮਿਲਾ ਕੇ ਸਪਰੇਅ ਕਰ ਦੇਵਾਂਗੇ। ਜੇਕਰ ਮੁਰਕ ਹੁੰਦੀ ਹੈ ਤਾਂ 80 ਗ੍ਰਾਮ UPL ਦੀ ਸਾਥੀ ਵੀ ਇਹਦੇ ਨਾਲ ਪਾ ਲਈ ਜਾਊਗੀ। ਦੋਸਤੋ, ਜੋ ਮੇਰਾ ਨਿੱਜੀ ਤਜਰਬਾ ਹੈਗਾ ਪਿਛਲੇ ਸਾਲਾਂ ਦਾ, ਉਹ ਇਹੀ ਹੈ ਕਿ ਬੀਜ ਨੂੰ ਖੇਤ ਨੂੰ ਰੌਣੀ ਕਰਕੇ ਉਹਦੇ ਵਿੱਚ ਹੀ ਬੀਜ ਬੀਜਿਆ ਜਾਵੇ ਅਤੇ 21 ਦਿਨ ਤੱਕ ਪਹਿਲਾਂ ਪਾਣੀ ਨਾ ਦਿੱਤਾ ਜਾਵੇ ਤਾਂ ਝੋਨਾ ਬਹੁਤ ਵਧੀਆ ਕਾਮਯਾਬੀ ਨਾਲ ਹੁੰਦਾ। ਇਹ ਮੇਰਾ ਨਿੱਜੀ ਤਜਰਬਾ ਹੈ। ਕਈ ਕਿਸਾਨ ਵੀਰਾਂ ਦੇ ਮੈਂ DSR ਦੇ ਵਿੱਚ ਫੇਲ ਹੁੰਦੇ ਦੇਖੇ ਹੈ। ਉਹ ਕਿਸਾਨ ਵੀਰ ਕੀ ਕਰਦੇ ਆ ਕਿ ਹੁਣ ਜਿਹੜੇ ਦਿਨ ਹੁਣ ਚੱਲਦੇ ਪਏ ਗਰਮੀ ਦੇ, ਇਹਨਾਂ ਦਿਨਾਂ ਦੇ ਵਿੱਚ ਸੁੱਕੇ ਵਾਹਣ ਦੇ ਵਿੱਚ ਬੀਜ ਬੀਜ ਕੇ ਉਸ ਤੋਂ ਉੱਪਰ ਪਾਣੀ ਲਗਾ ਰਹੇ ਹੈ। ਲਾਈਟ ਸਰਕਾਰ 4 ਘੰਟੇ ਦਿੰਦੀ ਹੈ, ਖੇਤਾਂ ਦੇ ਵਿੱਚ ਪਾਣੀ ਪੂਰਾ ਨਹੀਂ ਆਉਂਦਾ, ਨਦੀਨ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ, ਲਘੂ ਤੱਤਾਂ ਦੀ ਘਾਟ ਜ਼ਿਆਦਾ ਹੁੰਦੀ ਹੈ, ਜਿਹਦੇ ਕਰਕੇ ਕਿਸਾਨ ਜਿਹੜਾ ਹੈਗਾ ਉਸਨੂੰ ਆਖਰ ਛੱਡ ਜਾਂਦਾ ਹੈ। ਪਰੰਤੂ ਇਸ ਵਿਧੀ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਸ਼ਾਮ ਦੇ ਟਾਈਮ ਜਿਹੜਾ ਹੈਗਾ ਪੈਂਡੀ ਮੈਥਾਲੀਨ ਦੀ ਸਪਰੇਅ ਹੋ ਰਹੀ ਹੈ, ਤਾਂ ਇਸ ਖੇਤ ਦੇ ਵਿੱਚ ਇਹ ਸਪਰੇਅ ਕਰਨ ਤੋਂ ਬਾਅਦ ਦੇ ਵਿੱਚ ਮੈਨੂੰ ਨਦੀਨ ਦੀ ਕੋਈ ਵੀ ਸਮੱਸਿਆ ਨਹੀਂ ਆਉਂਦੀ। ਅਤੇ ਪਿਛਲੇ ਲਗਾਤਾਰ ਸਾਲਾਂ ਤੋਂ ਮੈਂ ਖੇਤੀ ਕਰਦਾ ਆ ਰਿਹਾ ਇਸ ਤਰੀਕੇ ਨਾਲ, ਮੈਨੂੰ ਕਦੇ ਵੀ ਇਹਦੇ ਉੱਪਰ ਲੋਹੇ ਦੀ ਘਾਟ ਨਹੀਂ ਆਈ, ਝਾੜ ਦੂਸਰੇ ਖੇਤ ਦੇ ਬਰਾਬਰ ਰਹਿੰਦਾ ਹੈ। ਦੋਸਤੋ, ਕਿਉਂਕਿ ਮੈਂ ਕਣਕ ਨੂੰ DAP ਪੂਰੀ ਪਾਈ ਸੀ ਅਤੇ ਨਾਲ ਇੱਕ ਗੱਟਾ ਸੁਪਰ ਦਾ ਪਾਇਆ ਸੀ, ਇਸ ਕਰਕੇ ਮੈਂ ਇਸ ਝੋਨੇ ਦੇ ਵਿੱਚ ਕੋਈ DAP ਸੁਪਰ ਨਹੀਂ ਵਰਤ ਰਿਹਾ। ਜੋ ਵੀ ਮੈਂ ਇਸ ਨੂੰ ਯੂਰੀਆ ਦੇਵਾਂਗਾ ਜਾਂ ਬਾਕੀ ਚੀਜ਼ਾਂ ਦੇਵਾਂਗਾ, ਅਗਲੀਆਂ ਵੀਡੀਓ ਸ਼ੇਅਰ ਕਰਾਂਗਾ, ਉਹ ਜਦੋਂ 21 ਦਿਨ ਦਾ ਹੋ ਜਾਏਗਾ ਉਸ ਟਾਈਮ 'ਤੇ ਆਪਾਂ ਇਹਦੇ ਵਿੱਚ ਪ੍ਰੈਕਟਿਸ ਕਰਾਂਗੇ। ਦੋਸਤੋ, ਮੈਂ ਇੱਕ ਚੀਜ਼ 'ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਤੁਸੀਂ ਜਿਹੜਾ ਹੈਗਾ ਸੋਸ਼ਲ ਮੀਡੀਆ 'ਤੇ ਅਲੱਗ ਅਲੱਗ ਵੀਡੀਓ ਦੇਖ ਰਹੇ ਹੋ ਕਿ ਗੂੰਦ ਕਤੀਰੇ ਨਾਲ ਬੀਜ ਨੂੰ ਟ੍ਰੀਟ ਕਰਕੇ। ਦੋਸਤੋ, ਇਹ ਇੱਕ ਬਹੁਤ ਮਹਾਨ ਵਿਗਿਆਨਿਕ ਡਾਕਟਰ ਵਰਿੰਦਰ ਲਾਥਰ, ਜਿਹੜੇ ਕਿ ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਅਤੇ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸਾਇੰਟਿਸਟ ਰਹੇ ਆ, ਅੱਜ ਕੱਲ੍ਹ ਉਹ ਰਿਟਾਇਰਡ ਹੈ, ਉਹਨਾਂ ਦੁਆਰਾ ਇੱਕ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਵਿਕਸਿਤ ਕੀਤੀ ਗਈ ਹੈ, ਜਿਸ ਨੂੰ ਕਿ ਲਾਠਰ ਰਾਈਸ ਡਾਇਰੈਕਟ ਸੋਇੰਗ ਮੈਥਡ ਕਹਿੰਦੇ ਆ ਜਾਂ ਤਕਨੀਕ ਕਹਿੰਦੇ ਆ, ਜਿਹਦੇ ਵਿੱਚ ਉਹ ਗੂੰਦ ਕਤੀਰਾ ਦੇ ਨਾਲ ਬੀਜ ਨੂੰ ਟ੍ਰੀਟ ਕਰਕੇ, ਜਾਂ ਦੂਸਰਾ ਤਰੀਕਾ ਹੈਗਾ ਖੇਤ ਦੇ ਵਿੱਚ ਗੂੰਦ ਕਤੀਰਾ ਡਰਿੱਲ ਕਰਕੇ ਖੇਤੀ ਕਰਦੇ ਹੈ। ਅਤੇ ਉਹਦੇ ਵਿੱਚ ਪਹਿਲਾਂ ਪਾਣੀ ਤਾਂ ਆਪਣੀ ਤਰ੍ਹਾਂ ਉਹ ਵੀ 21 ਦਿਨ ਬਾਅਦ ਲਗਾਉਂਦੇ, ਲੇਕਿਨ ਉਸ ਤੋਂ ਬਾਅਦ 'ਚ ਵੀ ਪਾਣੀ ਦੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ। ਪਰੰਤੂ ਦੋਸਤੋ, ਕੁਛ ਜਗ੍ਹਾ ਦੇਖਣ 'ਚ ਇਹ ਆਇਆ ਕਿ ਕਈ ਕਿਸਾਨ ਵੀਰ ਉਹਨਾਂ ਦੇ ਮੈਥਡ ਨੂੰ ਆਪਣਾ ਆਪਦਾ ਮੈਥਡ ਦੱਸ ਕੇ ਕਿਸਾਨ ਕਿ ਜੀ ਮੈਂ ਨਵਾਂ ਤਰੀਕਾ ਖੋਜਿਆ,
ਇਹ ਤਰੀਕੇ ਨੂੰ ਮੈਂ ਹਰਬਲ ਜੈਲ ਕਹਿੰਦਾ ਹੈ। ਹਰਬਲ ਜੈਲ ਦਾ ਨਾਮ ਵੀ ਡਾਕਟਰ ਵਰਿੰਦਰ ਲਾਥਰ ਨੇ ਦਿੱਤਾ ਹੈ। ਤਾਂ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਯਾਰ ਇਸ ਤਰ੍ਹਾਂ ਨਾ ਕਰੋ, ਕਿਸੇ ਮਹਾਨ ਵਿਗਿਆਨਿਕ ਦੀ ਜਿਹੜੀ ਖੋਜ ਹੈਗੀ ਹੈ ਉਹਦੇ 'ਤੇ ਆਪਣਾ ਠੱਪਾ ਲਾ ਕੇ ਥੋੜ੍ਹੇ ਚਿਰ ਦੀ ਮਸ਼ਹੂਰੀ ਨਾ ਖੱਟੋ। ਕਿਉਂਕਿ ਜੇਕਰ ਅਸੀਂ ਇੱਕ ਕੰਮ ਕਰਨ ਵਾਲੇ ਬੰਦੇ ਨੂੰ ਪ੍ਰਮੋਟ ਨਹੀਂ ਕਰਾਂਗੇ, ਮਸ਼ਹੂਰ ਨਹੀਂ ਕਰਾਂਗੇ, ਤਾਂ ਉਸ ਦੇ ਵਿੱਚ ਅੱਗੇ ਜਿਹੜਾ ਹੈਗਾ ਕੰਮ ਕਰਨ ਦਾ ਜਜ਼ਬਾ ਕਿਸ ਤਰ੍ਹਾਂ ਆਏਗਾ। ਸਾਨੂੰ ਡਾਕਟਰ ਲਾਠਰ ਤਕਨੀਕ ਜਿਹੜੀ ਹੈਗੀ ਹੈ ਪੰਜਾਬ 'ਚ ਵਿਕਸਿਤ ਪ੍ਰਮੋਟ ਕਰਨੀ ਪਏਗੀ। ਇਸ ਸਾਲ ਮੈਂ ਵੀ ਉਹਨਾਂ ਦੀ ਤਕਨੀਕ ਦੇ ਨਾਲ ਕੁਛ ਝੋਨਾ ਬੀਜਾਂਗਾ, ਜਿਹੜਾ ਕਿ ਤੁਹਾਨੂੰ ਹਰ ਇੱਕ ਸਟੈਪ ਉਹਨਾਂ ਦਾ, ਉਹਨਾਂ ਦੀ ਤਕਨੀਕ ਦੇ ਵਿੱਚ ਜੋ ਉਹਨਾਂ ਨੇ ਅਪਣਾਈ ਹੈ ਉਹਦੇ ਬਾਬਤ ਜਿਹੜਾ ਹੈਗਾ ਤੁਹਾਨੂੰ ਜਾਣਕਾਰੀ ਦੇਵਾਂਗਾ ਖੇਤ ਦੇ ਵਿੱਚ ਪ੍ਰੈਕਟੀਕਲ ਕਰਕੇ। ਅਤੇ ਹੋ ਸਕਿਆ ਤਾਂ ਡਾਕਟਰ ਲਾਥਰ ਦੇ ਨਾਲ ਇੱਕ ਇੰਟਰਵਿਊ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ। ਤਾਂ ਦੋਸਤੋ ਇਹ ਇੱਕ ਚੰਗਾ ਤਰੀਕਾ ਹੈ, ਇਸ ਤਰੀਕੇ ਨੂੰ ਅਪਣਾਓ। ਇਹਦੇ ਨਾਲ ਝਾੜ ਨਹੀਂ ਘਟਦਾ ਖੇਤ ਦਾ, ਖੇਤ ਦੀ ਭੌਤਿਕ ਹਾਲਤ, ਭੌਤਿਕ ਸੰਰਚਨਾ, ਰਸਾਇਣਿਕ ਸੰਰਚਨਾ ਸਹੀ ਹੁੰਦੀ ਹੈ, ਜ਼ਮੀਨ ਦਾ ਪਾਣੀ ਬਚਦਾ ਹੈਗਾ, ਕੋਈ ਮਿਹਨਤ ਨਹੀਂ ਕਰਨੀ ਪੈਂਦੀ ਐਕਸਟਰਾ। ਸਭ ਤੋਂ ਵੱਡੀ ਗੱਲ ਜਿਹੜਾ ਹੈਗਾ 3000 ਕਿੱਲੇ ਦੀ ਲਵਾਈ ਅਤੇ ਸੰਦਾਂ ਦੀ ਤੁੜਵਾਈ, ਇਹ ਦੋਵੇਂ ਚੀਜ਼ਾਂ ਵੀ ਬਚਦੀਆਂ। ਤਾਂ ਕੁਝ ਨਵੇਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ, ਬਹੁਤ ਥੋੜ੍ਹੇ ਏਰੀਏ ਦੇ ਵਿੱਚ ਇਸ ਨੂੰ ਟਰਾਈ ਕੀਤਾ ਜਾਵੇ, ਪ੍ਰੈਕਟੀਕਲ ਕੀਤਾ ਜਾਵੇ ਅਤੇ ਬਹੁਤ ਹੀ ਧਿਆਨ ਦੇ ਨਾਲ ਇਸ ਵਿਧੀ ਨੂੰ ਅਪਣਾਇਆ ਜਾਵੇ, ਤਾਂ ਤੁਸੀਂ ਇਸ ਦੇ ਵਿੱਚ ਕਾਮਯਾਬ ਹੋ ਸਕਦੇ ਹੋ। ਕਿਤੇ ਜਿਹੜਾ ਹੈਗਾ ਗਲਤੀ ਸਾਡੇ ਤੋਂ ਹੁੰਦੀ ਹੈ, ਕਿਉਂਕਿ ਜਦੋਂ ਅਸੀਂ ਆਪਣੇ ਖੇਤ ਦੇ ਵਿੱਚ ਇਹ ਤਕਨੀਕ ਲਿਆਉਂਦੇ ਹਾਂ ਤਾਂ ਅਸੀਂ ਪ੍ਰੈਕਟੀਕਲੀ ਗਲਤੀਆਂ ਕਰਕੇ ਸਿੱਖਦੇ ਹਾਂ। ਪਹਿਲੇ ਸਾਲ ਮੈਂ ਵੀ ਨੁਕਸਾਨ ਖਾਧਾ ਸੀ, ਲੇਕਿਨ ਮੇਰੀ ਇੱਕ ਡੈਡੀਕੇਸ਼ਨ ਸੀ ਕਿ ਮੈਂ ਇਸ ਨੂੰ ਕਾਮਯਾਬ ਕਰਨਾ ਹੈ, ਤਾਂ ਮੈਂ ਇਸ ਨੂੰ ਆਪਣੇ ਖੇਤ ਦੇ ਵਿੱਚ ਕਾਮਯਾਬ ਕੀਤਾ। ਤਾਂ ਜੇਕਰ ਤੁਸੀਂ ਵੀ ਡੈਡੀਕੇਸ਼ਨ ਦੇ ਨਾਲ ਲੱਗੋਗੇ ਤਾਂ ਇੱਕ ਦਿਨ ਉਹ ਹੋਏਗਾ ਜਦੋਂ ਪੂਰਾ ਪੰਜਾਬ ਝੋਨਾ ਜਿਹੜਾ ਹੈਗਾ ਡਰੈਲ ਦੇ ਨਾਲ ਬੀਜਿਆ ਕਰੇਗਾ। ਅਤੇ ਇਹ ਇੱਕ ਸਾਡਾ ਪਾਣੀ ਵੀ ਬਚਾਏਗੀ, ਸਾਡੀ ਮਿੱਟੀ ਵੀ ਬਚਾਏਗੀ, ਸਾਡੇ ਖਰਚੇ ਵੀ ਬਚਾਏਗੀ ਅਤੇ ਸਾਡੀ ਜਿਹੜੀ ਹੈਗੀ ਖੇਤੀ ਨੂੰ ਦੁਬਾਰਾ ਤੋਂ ਲਾਹੇਵੰਦ ਬਣਾਏਗੀ। ਦੋਸਤੋ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਅਤੇ ਜੋ ਨੁਕਤੇ ਇਸ ਵੀਡੀਓ 'ਚ ਦੱਸੇ ਆ ਉਹਨਾਂ ਦੀ ਪਾਲਣਾ ਜ਼ਰੂਰ ਕਰਨਾ। ਮਿਹਰਬਾਨੀ ਦੋਸਤੋ, ਧੰਨਵਾਦ ਦੋਸਤੋ।